रावण कह के फूक दिता ओ लंका पत दा। राजा सी ओ वीर बहादुर अणखी सी ते अकलो पूरा ताजा सी। ओ करे किसे को थमया नहीं तुसी जिन्नू फड़ के झाड़ दे हो चौवे दांदा जानू सी। सीता चुकल आया सी पर कदे भी उसनू शूयानी विच रखिया बाग बगीचे दे मंदा बोल कोई ओनू कूया नहीं। खुद दे अंदर दे रावण नू जो अग लाउणगे सही मायने च दशहरा मनाउणगे। दशहरा क्यों मनाया जांदा है? रावण नू अग लाई जांदी है, पुतले फूके जांदे ने, पर ओ क्यों फूके जांदे ने जां ओ फूकना सही है जां गलत है, इस बारे असीं ज्यादा जानकारी लैण वास्ते वाल्मीकि धर्म समाज दे साढ़े नाल स्वामी मेघनाथ जी पहुंचे हुए ने। इन्हां कोलों असीं रावण बारे महत्वपूर्ण जानकारी लैणे आ जिहड़ी कि अधूरी रह गई, शायद लोकां नू उन्हां बारे जानकारी नहीं लगी। अच्छा स्वामी जी, रावण नू महात्मा भी कहा जांदा है, तुसीं भी समझदे हो कि रावण महात्मा सी? बिल्कुल जी, ओह महात्मा सन क्योंकि चारों वैदा दे ज्ञाता सन जी। अज तक तुसीं भारत दे जां विश्व दे किसे भी ऐसा कोई व्यक्ति भी दिखा दो जिहड़ा कि चारां वैदां दा ज्ञाता होवे, कोई ऐसा भगवान जां कोई भी ऐसा प्रचारक नहीं होया जिसने चारों वेद जिहड़े कंठ कीते होण। पर अज ऐसे हालात हो गए कि उस वक्त जिहड़े अज दे मूल निवासी लोग सन, उस वक्त दे लोग असी नारिया लोग सन, ਤੇ ਉਸ ਵਕਤ ਆਰਿਆ ਤੇ ਨਾਰਿਆ ਦੋ ਹੀ ਜਾਤਾਂ ਸਨ। ਦੋ ਜਾਤਾਂ ਦੇ ਵਿੱਚ ਜਿਹੜਾ ਟਕਰਾਅ ਦੀ ਜੋ ਸਥਿਤੀ ਪੈਦਾ ਹੋਈ, ਉਸ ਵਕਤ ਨਾਰਿਆਂ ਲੋਕਾਂ ਨੂੰ ਜਿਹੜਾ ਬੜੇ ਛਲ ਦੇ ਛਲ ਪੂਰਵਕ ਜਿਹੜਾ ਹਰਾਇਆ ਗਿਆ, ਕਿਉਂਕਿ ਬਲ ਪੂਰਵਕ ਉਹ ਕਦੀ ਵੀ ਹਰਾਏ ਨਹੀਂ ਸੀ ਜਾਂਦੇ। ਇਸ ਕਰਕੇ ਉਹਨਾਂ ਨੂੰ ਜਿਹੜਾ ਪੂਰਾ ਰਮਾਇਣ ਜਿਹੜਾ ਪੂਰੀ ਤਰ੍ਹਾਂ ਤੁਸੀਂ ਸਟੱਡੀ ਕਰੋ, ਉਸਦੇ ਸਾਫ਼ ਪਤਾ ਲੱਗਦਾ ਕਿਸ ਤਰ੍ਹਾਂ ਉਹਨਾਂ ਛਲ ਪੂਰਵਕ ਜਿਹੜਾ ਮਹਾਤਮਾ ਰਾਮ ਜੀ ਨੂੰ ਜਿਹੜਾ ਹਰਾ ਕੇ ਅਤੇ ਉਹਨਾਂ ਤੇ ਵਿਜੇ ਜਿਹੜੀ ਪ੍ਰਾਪਤ ਕੀਤੀ ਗਈ, ਅਤੇ ਅੱਜ ਉਹਨਾਂ ਜਿਹੜਾ ਲੋਕਾਂ ਦੇ ਜਿਹੜਾ ਚਰਿੱਤਰ ਹੈ ਜਿਹੜਾ ਕਿਰਦਾਰ ਹੈ ਇਸ ਤਰ੍ਹਾਂ ਦਾ ਇੱਕ ਵਿਲਨ ਦੀ ਤਰ੍ਹਾਂ ਜਿਹੜਾ ਦਿਖਾਇਆ ਜਾ ਰਿਹਾ ਜੋ ਕਿ ਬਿਲਕੁਲ ਗਲਤ। ਅੱਛਾ ਸਵਾਮੀ ਜੀ, ਸਾਨੂੰ ਦੱਸੋ ਕਿ ਜਿਹੜੇ ਮਹਾਤਮਾ ਰਾਵਣ ਜੀ ਸਨ ਉਹਨਾਂ ਦੀ ਜਾਤੀ ਕੀ ਸੀ? ਕੀ ਉਹ ਬ੍ਰਾਹਮਣ ਸੀ ਜਾਂ ਉਹਨਾਂ ਨੂੰ ਰਾਕਸ਼ਸ਼ ਵੀ ਕਿਹਾ ਜਾਂਦਾ? ਕਿ ਉਹ ਰਾਕਸ਼ਸ਼ ਸੀ ਜਾਂ ਬ੍ਰਾਹਮਣ ਸੀ? ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਪ੍ਰਥਮ ਆਦਿ ਧਰਮ ਗੁਰੂ ਰਿਸ਼ੀਨਾਥ ਰਤਨਾਕਰ ਜੀ ਮਹਾਰਾਜ ਜੀ ਕੋਲ ਅਸੀਂ 11/8/2010 ਨੂੰ ਰਿਸ਼ੀਕੇਸ਼ ਬੈਠੇ, ਉਹਨਾਂ ਵੱਲੋਂ ਜਿਹੜਾ ਸਾਨੂੰ ਆਪਣੇ ਹੱਥੀ ਇੱਕ ਲਿਖ ਕੇ ਜਿਹੜਾ ਪੂਰਾ ਵਿਸਤਾਰ ਪੂਰਵਕ ਇੱਕ ਜਾਣਕਾਰੀ ਜਿਹੜੀ ਦਿੱਤੀ ਗਈ ਸੀ। ਇੱਕ ਕਿਤਾਬ ਹੈ, ਕਿਉਂਕਿ ਕਈ ਇੱਥੇ ਪ੍ਰਚਾਰਕ ਐਸੇ ਵੀ ਹੋਣਗੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿਨ੍ਹਾਂ ਵਿੱਚ ਕਈ ਆਪਣੀ ਅਧੂਰੀ ਜਾਣਕਾਰੀ ਦੇ ਨਾਲ ਗਲਤ ਮਲਤ ਕਮੈਂਟ ਲਿਖਦੇ ਨੇ, ਪਰ ਉਹਨਾਂ ਨੂੰ ਮੈਂ ਚਾਹੁੰਦਾ ਹਾਂ ਕਿ ਜਿਹੜੀ ਮੈਂ ਜਾਣਕਾਰੀ ਦੇਣ ਲੱਗਾ ਪਹਿਲੇ ਉਸ ਦੇ ਉੱਤੇ ਤੁਸੀਂ ਪੂਰਨ ਤੌਰ ਤੇ ਸਟੱਡੀ ਕਰੋ। ਪੁਸਤਕ ਦਾ ਨਾਮ ਸੀ ਵਿਆਮ ਰਕਸ਼ਮ, ਜਿਸ ਦੇ ਲੇਖਕ ਸਨ ਆਚਾਰਿਆ ਚਤੁਰ ਸੈਨ ਸ਼ਾਸਤਰੀ ਜੋ ਕਿ ਸ਼ਾਦਰਾ ਦਿੱਲੀ ਦੇ ਰਹਿਣ ਵਾਲੇ ਸਨ। ਰਾਕਸ਼ਸ ਸ਼ਬਦ ਦਾ ਜਿਹੜਾ ਮੀਨਿੰਗ ਹੈ ਉਹ ਹੈਗਾ ਸਮਾਜ ਦਾ ਰਕਸ਼ਕ, ਤੇ ਰਕਸ਼ਸ ਸੰਸਕ੍ਰਿਤ ਇੱਕ ਸੰਸਥਾ ਸੀ ਜੋ ਕਿ ਮਹਾਤਮਾ ਰਾਮ ਜੀ ਉਸ ਵਕਤ ਰਾਕਸ਼ਸ ਜਿਹਨੂੰ ਰਾਕਸ਼ਸ ਰਾਜ ਕਹਿੰਦੇ ਨੇ, ਯਾਨੀ ਕਿ ਆਪਣੀ ਕੌਮ ਦੀ ਰਕਸ਼ਾ ਕਰਨ ਵਾਲੇ, ਉਹਨਾਂ ਦੀ ਇੱਕ ਬਣਾਈ ਗਈ ਸੀ, ਅਤੇ ਉਹਨਾਂ ਵੱਲੋਂ ਜਿਹੜੀਆਂ ਬਲੀਆਂ ਦਿੱਤੀਆਂ ਜਾਂਦੇ ਜਿਹੜੇ ਲੋਕ ਸਨ ਜਿਹੜੀਆਂ ਬਲੀਆਂ ਦਿੰਦੇ ਸਨ ਹਵਨ ਯੱਗ ਕਰ ਦਿੰਦੇ ਦੌਰਾਨ ਬਲੀਆਂ ਦਿੰਦੇ, ਉਹਨਾਂ ਵੱਲੋਂ ਪ੍ਰਗਤੀ ਦੀ ਜਿਹੜੀ ਆ ਦੇਖ ਰੇਖ ਕਰਦੇ, ਪ੍ਰਗਤੀ ਨਾ ਨਾਸ ਹੋਵੇ, ਬਲੀਆਂ ਨਾ ਦਿੱਤੀਆਂ ਜਾਣ, ਇਸ ਕਰਕੇ ਜਿਹੜਾ ਸਾਰਾ ਜਿਹੜਾ ਸਿਸਟਮ ਚ, ਜਿਸ ਕਰਕੇ ਇੱਕ ਰਾਕਸ਼ਸ ਰਾਜ ਜਿਹੜਾ ਆਪਣੀ ਕੌਮ ਨੂੰ ਰਕਸ਼ਾ ਕਰਨ ਵਾਲਾ ਸਮਾਜ ਦਾ ਰਕਸ਼ਕ, ਇਸ ਕਰਕੇ ਰਾਕਸ਼ਸ ਸ਼ਬਦ ਦਾ ਆਹ ਮੀਨਿੰਗ ਹੈ ਸਮਾਜ ਦਾ ਰਕਸ਼ਕ। ਅੱਛਾ ਜੀ, ਤੇ ਇਹ ਵੀ ਸੁਣਨ ਜਿਹੜੀ ਸੋਨੇ ਦੀ ਲੰਕਾ ਸੀ ਉਹ ਰਾਵਣ ਜੀ ਨੇ ਨਹੀਂ ਬਣਾਈ, ਉਹ ਉਹਨਾਂ ਨੇ ਕਿਸੇ ਦੇਵਤੇ ਕੋਲੋਂ ਖੋਈ ਸੀ, ਇਹਦੇ ਵਿੱਚ ਵੀ ਕੋਈ ਸੱਚਾਈ ਹੈ? ਨਾ ਨਾ ਜੀ, ਬਿਲਕੁਲ ਗਲਤ ਗੱਲ ਹੈ, ਕਿਉਂਕਿ ਰਾਵਣ ਜੀ ਦੇ ਜਿਹੜੇ ਨਾਨਾ ਜੀ ਆ ਸੁਮਾਲੀ ਜੀ, ਉਹਨਾਂ ਵੱਲੋਂ ਜਿਹੜੀ ਉਹ ਜਿਹੜੀ ਸੋਨੇ ਦੀ ਲੰਕਾ ਜਿਹੜੀ ਆ ਬਣਾਈ ਗਈ ਸੀ, ਜੋ ਕਿ ਅਨਾਰਿਆ ਜਾਤ ਦੇ ਇੱਕ ਰਾਜੇ ਹੋਏ ਨੇ, ਅਤੇ ਉਹਨਾਂ ਦੀ ਬੇਟੀ ਸੀ ਜੋ ਕਿ ਮਹਾਤਮਾ ਰਾਮ ਜੀ ਦੀ ਮਾਤਾ ਜੀ ਸਨ, ਉਸਦਾ ਨਾਂ ਸੀ ਕੇਕ ਸੀ, ਤੇ ਮਹਾਰਿਸ਼ੀ ਸ਼ੁਕਰਾਚਾਰਿਆ ਜੋ ਕਿ ਰਾਮ ਜੀ ਦੇ ਨਾਨਾ ਜੀ ਦੇ ਵੀ ਧਾਰਮਿਕ ਗੁਰੂ ਸਨ, ਅਤੇ ਮਹਾਤਮਾ ਰਾਵਣ ਜੀ ਦੇ ਵੀ ਧਾਰਮਿਕ ਗੁਰੂ ਸਨ, ਅਤੇ ਰਿਸ਼ੀ ਵਿਸ਼ਰਭਾ ਜੋ ਕਿ ਰਾਵਣ ਜੀ ਦੇ ਪਿਤਾ ਜੀ ਸਨ ਉਹ ਸਨ। ਅੱਛਾ ਫਿਰ ਸ਼ੁਰੂ ਤੋਂ ਗੱਲ ਕਰਦੇ ਆ, ਇਹ ਰਾਵਣ ਜੀ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਕੌਣ ਸੀ, ਤੇ ਕਿਸ ਤਰ੍ਹਾਂ ਫਿਰ ਜਿਹੜਾ ਇਹ ਬਾਅਦ ਚੋਂ ਜਦੋਂ ਇਹ ਬ੍ਰਾਹਮਣ ਸੀ ਤੇ ਫਿਰ ਰਾਕਸ਼ਸ ਜਾਤੀ ਵਾਲੇ ਇਹਨਾਂ ਨੇ ਰੁੱਖ ਕਰ ਲਿਆ, ਕਿਸ ਤਰ੍ਹਾਂ ਫਿਰ ਸਾਰਾ? ਨਹੀਂ ਨਹੀਂ, ਉਸ ਵਕਤ ਕੋਈ ਬ੍ਰਾਹਮਣ ਨਾਮ ਦੀ ਜਿਹੜੀ ਜਾਤ ਜਿਹੜੀ ਇਸ ਤਰ੍ਹਾਂ ਦੀ ਕੋਈ ਨਹੀਂ ਸੀ, ਉਸ ਵਕਤ ਮੈਂ ਤੁਹਾਨੂੰ ਦੱਸਿਆ ਕਿ ਉਸ ਵਕਤ ਦੋ ਹੀ ਜਾਤ ਸਨ, ਆਰਿਆ ਔਰ ਅਨਾਰਿਆ। ਅੱਛਾ ਜੀ, ਇਹ ਨਾਰਿਆ ਜਾਤ ਤੋਂ ਸਨ, ਅਤੇ ਰਾਵਣ ਜਿਹੜਾ ਇਹਨਾਂ ਦਾ ਨਾਮ ਹੈ, ਰਾਵਣ ਦਾ ਮੀਨਿੰਗ ਜਿਹੜਾ ਅਰਥ ਆ ਉਹ ਆ ਸ਼ਤਰੂ ਕੋ ਰਲਾਉਣ ਵਾਲਾ। ਅੱਛਾ ਜੀ, ਯਾਨੀ ਕਿ ਦੁਸ਼ਮਣ ਨੂੰ ਪੂਰੀ ਤਰ੍ਹਾਂ ਜਿਹੜਾ ਰਲਾ ਦੇਵੇ, ਉਹ ਦੁਸ਼ਮਣ ਜਿਹੜਾ ਯਾਗਾਂ ਦੇ ਵਿੱਚ ਬਲੀ ਦਿੰਦਾ ਆ, ਕਈ ਕਈ ਮਨ ਜਿਹੜਾ ਘਿਓ ਜਿਹੜਾ ਉਹਦੇ ਵਿੱਚ ਕਰਦਾ ਹੈ, ਹਵਨ ਯੱਗ ਕਰਦਾ ਹੈ,
उसनू जिस वक्त इन्हों वालों रोकया जाता है, इस करके जो टकराव की जी स्थिति पैदा होती है, जिस वक्त समाली के हथों छल पूर्वक जी सोनी लंका खोई गई, उस तो बाद एक युद्ध होया बहुत वड्डा युद्ध है जिस दे विच इन्होंने अपनी पूरे बल पूर्वक जी लंका जी वापस ली सी। तुसी मावन नू? हाँ जी हाँ जी हाँ जी बिलकुल सही गल है। मैं मेरे मेरे मन नू कहना जी मैं मानते ही मानते हैं साढ़े तो इलावा भारत दे विच ऐसे पांच वड्डे मंदिर ने वख वख सूबे विच जिथे उन्हां नू महात्मा मनिया जांदा है। वड्डे वड्डे लेखक जिस तरह मैं तुहानूं दस्सिया आचार्य चतुर सिंह शास्त्री जी उन्हां वल्लों जिहड़ी किताब लिखी उस दे विच वी कई वारी उन्हां नूं महात्मा आख्या। अच्छा स्वामी मेघनाथ जी सानूं इह दस्सो कि जिहड़ा तुसीं महात्मा रावण कह रहे हो ते इंडिया विच कित्थे कित्थे इन्हां दी पूजा हुंदी है जां बिल्कुल ही रावण दहन उत्थे बंद कर दिता गया है, अजिहे वी कोई मंदिर ने जगह हैगीआं ने? बिल्कुल जी, इस तरह कि भारत दे विच पंज जिहड़े वड्डे मंदिर ने जिथे महात्मा रावण जी दी जिहड़ी आ अज दे दिन खास करके जिहड़ी आ पूजा कीती जांदी आ। मंदिर ने मध्य प्रदेश दे विच एक मंदिर है जिस पिंड का नाम ही रावण है, जिला विदेशा। अच्छा जी। जिथे महात्मा रावण जी की अज बड़े वड्डे एक पद्धर ते जिहड़ी अज पूजा अर्चना की जाएगी, शोभा यात्रा वर्गू जिस तरह अही इत्थे पंजाब दे जिहड़े गुरुआं पीरां दा जिहड़ा शोभा यात्रा मनांदे आ, धार्मिक उहनां दे मनांदे आ, इस तरह अज दा दिन उत्थे मनाई जाएगी। उस तो बाद जिहड़ा मंदिर है हिमाचल दे विच बैजनाथ मंदिर जिथों महात्मा रावण जी जो शिवलिंग लैके नंगे सन उस स्थान से बैठ के उन्होंने विश्राम किया, उस स्थान से बैठ के उन्होंने शिव जी महाराज की जी बंदगी की थी। उस तो बाद तीसरा मंदिर है उत्तर प्रदेश जिहड़ा शिवाला खेत्र है, उत्थे भी अज का दिन ही सिर्फ जिहड़ा वह मंदिर खोलता है। 1890 ईस्वी नूं जिहड़ा वह मंदिर बनाया गया सी, सिर्फ एक दिन लिए मंदिर खोलता। अज दे दिन तुसीं जिन्ने मैं स्थान दस रहा तुसीं जिथे मर्जी जाके जिहड़ी खोज कर सकते हो। उस तो बाद जिहड़ा मंदिर एक आंदा है जिहड़ा कि अपने लागे राजस्थान जोधपुर, जो कि मंडौर मंदिर है, जो कि रावण जी दे सोहरा परिवार ने जिस मंदिर की देख रेख उस मंडौर दे विच माली ब्राह्मण जिहड़ी बरादरी है उन्हां वल्लों अज का दिन जिहड़ा उत्थे एक वड्डा एक शोक जिहड़ा मनाया जाएगा, क्योंकि अज का दिन उन्होंने इस तरह लग रहा है कि अज का दिन जिस वक्त महात्मा रावण जी का वध किया गया सी, अज का दिन एक शोक जिहड़ा उन्होंने जवाई जिहड़ा इस तरह पूरा हो गया। उत्थे भी एक माता मंदोदरी महात्मा रावण जी का जिहड़ा मंदिर है। उस तो बाद जिहड़ा एक मंदिर मध्य प्रदेश मंदौर दे विच है, करनाटक दे विच कोलार दे विच शिवजी महाराज का ते महात्मा रावण जी का कट्ठा एक मंदिर है। अच्छा कट्ठा मंदिर। हाँ जी कट्ठा। अच्छा स्वामी जी तुसी दस रहे हो कि उन्होंने सोहरा परिवार अज जिहड़ा शोक मनाया। हाँ जी हाँ जी। ते कोई एहो जे भी तथ्य मिलते हैं कि महात्मा रावण के किन्ने विआह होए सी जां सिर्फ मंदोदरी नाल इक्को ही विआह होया सी? इक्को ही विआह होया जी, सिर्फ इक्को विआह। मैं पहले भी तुहानूं दस्सिया कि मनुवादी लोग जिन्होंने अपने मर्जी के मुताबिक अच्छा बिना इतिहास की जानकारी तो अलावा मूल निवासी लोगों नूं जिहड़ा जान बुझ के जिहड़ा विलन पेश करन मारे अपने मर्जी मुताबक जिहड़ा इतिहास जिहड़ा त्रोड़ मरोड़ के पेश किया गया, जबकि साडे धर्म गुरु ऋषिनाथ रत्नाकर जी महाराज एड प्रेजिडेंट जिहड़े आदि धर्म समाज के धर्म गुरु दर्शन रत्न रावण जी उन्हां वल्लों जिन्नी भी सानूं जानकारी हासिल हुई है उसके साफ कह गया कि उन्होंने एक विआह सी उह सी माता मंदोदरी जी। अच्छा जी स्वामी जी एक थ्योरी भी चलती है आरिया समाज थ्योरी, वह कहते हैं कि आरिया मध्य एशिया तो आए तो भारत जिहड़े मूल निवासी सी द्रविड़ लोग सी उन्हां नूं इत्थे आके उन्होंने खदेड़ के दक्षिण भारत वल भेजा गया, कि तुसीं इह थ्योरी नूं सही समझदे हो कि द्रविड़ लोग इत्थों दे मूल निवासी सी आरिया बाहरों आए सी? बिल्कुल सही गल जी, जिस वक्त साढ़े धर्म गुरुआं वल्लों पूर्ण जिहड़ी जानकारी आ वाल्मीकि समाज दे लोकां दित्ती गई, अज तुसीं देख सकदे हो कि साढ़े लोकां ने जिहड़ा अपना नाम दे पिछे अनारिया निशाचर द्रविड़ भील, जिस तरह की मेरा नाम भी संतालो मेघनाथ जिहड़ा रख्या गया, दानव रावण ऐसे जिहड़े नाम जिहड़ा जिन्हां नूं लोकी की गलत समझदे सन उन्हां दा सही जानकारी हासिल करके सही जानकारी दे नाल अपने लोकां नूं ओह ही नामकरण जिहड़े कीते गए, अते तां जो लोकी जिहड़े आ अपने आप नूं रावण दे वंश जिहड़े असीं असल दे विच हैगे कि नारिया लोग हां असीं कि असीं इस देश दे मूल निवासी द्रविड़ लोग सन, अते जिस वक्त छल पूर्वक जिहड़ा आर्या लोकां ने साडे ते हमला कीता ओह चाहे द्वापर युग होवे चाहे त्रेपता युग होवे चाहे अज दा युग होवे, अज दा युग दे विच वी इस तरह ही हुंदा आ रिहा है कि जिथे जिस दा जोर चलदा उह चलांदा है। मैं इत्थे मैं तुहानूं इह वी दस्सना चाहुंदा हां कि झारखंड दे विच झारखंड दे विच शिबू सरेन मुख्यमंत्री भी रहे झारखंड दे, रांची दे विच पूर्ण तौर ते जिहड़ा रावण दहन उन्हां दे समय दे जिहड़ा बंद करवाया दिता, जो कि पूरा बलपूर्वक
सही जानकारी सरकार नूं दे के बंद करवाया गया। पर एक कई ऐसे जिले ने जिस तरह तुसीं खास करके पंजाब दे च अहीं कह रहे कह सकते हैं कि पंजाब दे च अज कई बुद्धजीवी होण दे बावजूद भी इतिहासकार होण दे बावजूद साडा इतिहास जिहड़ा सही तरीके नहीं लोगों अगे पेश करदे ते लोग जिहड़ी इक पेड़ चाल दे अनुसार जिहड़ा हर वारी महात्मा रावण एडे वड्डे इक योधा जिहड़े चारां वेदां ते ज्ञात सन उहनां दा जिहड़ा पुतला दहन कर। मैं उही सवाल कर रहा सी कि तुसीं वाल्मीकि समाज दा नेतृत्व करदे हो ते कई वाल्मीकि समाज दे लोग भी दहन वेखण जांदे ने, इन्ने वड्डे वड्डे पुतले लगे ने, हुण उह शाम नूं जाणगे ते दहन वेखणगे, ताड़ियां मारनगे उत्थे। उस तरह ही कि धर्म गुरु साडे तुहानूं दस्सिया रिशना रतनाकर जी महाराज खां कह के गए सन कि उहनां ने कई जगह ते गल सत्संग विच कही कि वाल्मीकन इक हुंदे ने वाल्मीकन इक हुंदे टाल्मीकन। अच्छा जी, वाल्मीकन उह ने जिन्हां नूं धर्म समाज की पूरी थ्यूरी पता है, जिन्हां नूं पूरी जानकारी है। ਟਾਲਮਿਕਨ ਉਹ ਲੋਕ ਨੇ ਕਿ ਜਿਹੜਾ ਮਨੁਵਾਦੀਆਂ ਵੱਲੋਂ ਬਣਾਇਆ ਇਤਿਹਾਸ ਪੜ੍ਹਦੇ ਨੇ ਅਤੇ ਉਸਦੇ ਅਨੁਸਾਰ ਜਿਹੜਾ ਚੱਲਦੇ ਨੇ, ਇਹੀ ਬਸ ਫਰਕ ਹੈ। ਅੱਛਾ ਸਵਾਮੀ ਜੀ, ਤੁਹਾਡਾ ਨਾਮ ਮੇਘਨਾਥ ਹੈ ਤੇ ਰਾਵਣ ਜੀ ਦਾ ਜਿਹੜਾ ਬੇਟਾ ਉਹਦਾ ਨਾਮ ਵੀ ਮੇਘਨਾਥ ਹੈ, ਤੁਹਾਡਾ ਇਹ ਨਾਮਕਰਨ ਕਿੱਦਾਂ ਆਇਆ, ਮੇਘਨਾਥ ਤੁਸੀਂ ਕਿਸ ਤਰ੍ਹਾਂ ਰੱਖਿਆ ਨਾਮ? ਇਸ ਤਰ੍ਹਾਂ ਕਿ 2008 ਚ ਧਰਮ ਸਮਾਜ ਦੇ ਵਿੱਚ ਕਾਫੀ ਸਮਾਂ ਆਪਣਾ ਬਤੀਤ ਕੀਤਾ। 2 ਸਾਲ ਰਿਸ਼ੀਨਾਥ ਰਤਨਾਕਰ ਜੀ ਮਹਾਰਾਜ ਕੋਲ ਰਿਸ਼ੀਕੇਸ਼ ਡੇਰੇ ਵਿੱਚ ਹੀ ਰਹੇ, ਧਾਰਮਿਕ ਵਿਦਿਆ ਹਾਸਲ ਜਿਹੜੀ ਆ ਧਰਮ ਸਮਾਜ ਦੀ ਉਹਨਾਂ ਕੋਲ ਕੀਤੀ। 2015 ਚ ਸਤਿਗੁਰੂ ਜੋਗੀ ਨਾਥ ਜੀ ਮਹਾਰਾਜ ਨੇ ਸਾਡੇ ਤੇ ਆਸ਼ੀਰਵਾਦ ਸਾਨੂੰ ਦਿੰਦੇ ਹੋਏ ਨਾਥ ਪੰਥ ਵਿੱਚ ਲਿਆ ਅਤੇ ਸਾਡੇ ਕਾਰਨਾਮੇ, ਕਿਉਂਕਿ ਅਸੀਂ ਉਸ ਤੋਂ ਪਹਿਲੇ ਪਾਵਨ ਵਾਲਮੀਕਿ ਤੀਰਥ ਜਿਹੜੀ ਲੜਾਈ ਲੜੀ ਸੀ ਤੇ ਸਾਡੇ ਉੱਤੇ ਤਕਰੀਬਨ 11 ਜਿਹੜੀਆਂ ਫਾਈਆਂ ਲਾਂਚ ਹੋਈਆਂ। ਕਈ ਵਾਰੀ ਅਸੀਂ ਜੇਲ੍ਹ ਯਾਤਰਾ ਵੀ ਕੱਟੀ ਹੈ ਤੇ ਕਈ ਵਾਰੀ ਟ੍ਰੇਨਾਂ ਵੀ ਰੋਕੀਆਂ, ਤੁਸੀਂ ਸਾਰੇ ਤੇ ਇਸ ਗੱਲ ਤੋਂ ਚੰਗੇ ਜਾਣੋ। ਉਹ ਸਾਡੇ ਕੀਤੇ ਕਾਰਨਾਮੇ ਦੇਖ ਕੇ ਜਿਹੜਾ ਉਹਨਾਂ ਸਾਡਾ ਨਾਮ ਜਿਹੜਾ ਮੇਘਨਾਥ ਰੱਖਿਆ, ਕਿਉਂਕਿ ਮਹਾਤਮਾ ਰਾਮ ਜੀ ਜਿਹੜਾ ਬੇਟੇ ਸੀ ਮੇਘਨਾਥ ਉਹ ਵੀ ਇੰਦਰ ਜੀ ਜਿਹੜਾ ਵਿਜੇਤਾ ਸਨ। ਇੰਦਰ ਨੂੰ ਇਸ ਵਕਤ ਹਰਾਉਣਾ ਜਿਹੜਾ ਬੜੀ ਔਖੀ ਇੱਕ ਗੱਲ ਸੀ, ਪਰ ਉਹਨਾਂ ਨੇ ਇੰਦਰ ਨੂੰ ਚੰਗੀ ਤਰ੍ਹਾਂ ਹਰਾ ਕੇ ਜਿਹੜਾ ਆਪਣਾ ਜਿਹੜੀ ਤਾਕਤ ਦਿਖਾਈ ਸੀ। ਅੱਜ ਅਸੀਂ ਜਿਹੜੀ ਆਪਣੇ ਸਮਾਜ ਦੀ ਜਿਹੜੀ ਵਾਹ ਆ ਉਹ ਜਦੋਂ ਆਪਣੀ ਜਿੱਤ ਹਾਸਲ ਕਰਦੇ, ਅਸੀਂ ਸੋਚਦੇ ਹਾਂ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੋਨਾਂ ਦੀਆਂ ਗੋਡੀਆਂ ਲਵਾਈਆਂ। ਇਸ ਕਰਕੇ ਸਾਡੇ ਜਿਹੜੇ ਗੁਰੂ ਆ ਸਤਿਗੁਰੂ ਜੋਗੀ ਨਾਥ ਜੀ ਮਹਾਰਾਜ ਅਤੇ ਧਰਮ ਸਮਾਜ ਵੱਲੋਂ ਜਿਹੜਾ ਸਾਡਾ ਇਹ ਨਾਮਕਰਨ ਜਿਹੜਾ ਕੀਤਾ ਗਿਆ ਸੀ, ਇਸ ਕਰਕੇ ਤੁਹਾਡਾ ਨਾਮ ਮੇਘਨਾਥ ਰੱਖਿਆ। ਅੱਛਾ ਸਵਾਮੀ ਜੀ, ਜਿਹੜੀ ਰਾਵਣ ਦੇ ਕੋਲ ਸੋਨੇ ਦੀ ਲੰਕਾ ਸੀ, ਕਿ ਉਸ ਵਿੱਚ ਜਿਹੜਾ ਇਹ ਸ਼ਿਵਲਿੰਗ ਸਥਾਪਿਤ ਸੀ, ਰਾਵਣ ਜਿਹੜਾ ਇਹ ਉਹ ਭਗਵਾਨ ਸ਼ਿਵ ਦੀ ਜਿਹੜੀ ਉਪਾਸਨਾ ਕਰਦਾ ਸੀ? ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਹੜੇ ਸ਼ਿਵਜੀ ਮਹਾਰਾਜ ਨੇ ਉਹ ਵੀ ਦ੍ਰਵਿੜ ਸਨ ਜੀ, ਅਤੇ ਉਹਨਾਂ ਦਾ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਉਹਨਾਂ ਜਿਹੜਾ ਸ਼ਿਵਲਿੰਗ ਉਹ ਜੋ ਉਸ ਤੋਂ ਲੈ ਕੇ ਆ ਰਹੇ ਸੀ ਤੇ ਬੈਜਨਾਥ ਜਿਹੜਾ ਹਿਮਾਚਲ ਦੇ ਵਿੱਚ ਬੈਜਨਾਥ ਹੈ ਉੱਥੇ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਬੈਠ ਕੇ ਉਹਨਾਂ ਵੱਲੋਂ ਜਿਹੜੀ ਆ ਉੱਥੇ ਤਪ ਬੰਦਗੀ ਕੀਤੀ ਗਈ ਸੀ ਅਤੇ ਉਹ ਸ਼ਿਵਜੀ ਮਹਾਰਾਜ ਦੇ ਅਨੁਯਾਈ ਸਨ। ਅੱਛਾ ਜੀ ਸਵਾਮੀ ਜੀ, ਇੰਨੇ ਰਾਵਣ ਜੀ ਜਿਹੜੇ ਨੇ ਵੇਦਾਂ ਪੁਰਾਣਾਂ ਦੇ ਗਿਆਤਾ ਸੀ, ਇੰਨੇ ਵਰ ਪ੍ਰਾਪਤ ਸੀ ਉਹਨਾਂ ਨੂੰ, ਪਰ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਦੀ ਹਾਰ ਕਿਉਂ ਹੋਈ ਯੁੱਧ ਦੇ ਵਿੱਚ? ਉਹ ਇਸ ਤਰ੍ਹਾਂ ਕਿ ਕਹਿੰਦੇ ਘਰ ਤਾਂ ਭੇਤੀ ਲੰਕਾ ਢਾਏ, ਉਹ ਹਿਸਾਬ ਜਿਹੜੀ ਕਹਾਵਤ ਹੈ ਬੜੀ ਪੁਰਾਣੀ ਕਹਾਵਤ ਹੈ, ਅਤੇ ਵਿਭੀਸ਼ਣ ਦੀ ਜਿਹੜੀ ਗੱਦਾਰੀ ਦੇ ਕਰਕੇ ਜਿਹੜਾ ਮਹਾਤਮਾ ਰਾਮ ਜੀ ਦਾ ਜਿਹੜਾ ਵੱਧ ਹੋਇਆ, ਜੇਕਰ ਵਿਭੀਸ਼ਣ ਜਿਹੜੀ ਗੱਦਾਰੀ ਨਾ ਕਰਦਾ ਤੇ ਸ਼ਾਇਦ ਅੱਜ ਮਹਾਤਮਾ ਰਾਮ ਜੀ ਦਾ ਵੱਧ ਨਾ ਹੁੰਦਾ। ਅਤੇ ਜਿਹੜਾ ਉਹਨਾਂ ਦਾ ਸੁਪਨਾ ਸੀ ਕਿ ਮੈਂ ਥੱਲੇ ਤੋਂ ਧਰਤੀ ਤੋਂ ਸਿੱਧਾ ਸਵਰਗ ਦੀ ਜਿਹੜੀ ਸੀੜੀ ਲੈ ਕੇ ਜਾਵਾਂ, ਕਿਉਂਕਿ ਸਵਰਗ ਦੇਖਣ ਦੇ ਲਈ ਕਿਸੇ ਨੂੰ ਮਰਨਾ ਨਾ ਪਵੇ, ਅਤੇ ਸੋਨੇ ਜਿਹੜੀ ਆ ਸੁਗੰਧ ਜਿਹੜੀ ਹੈ ਉਹਨਾਂ ਵੱਲੋਂ ਜਿਹੜੀ ਪਾਈ ਜਾਣੀ ਸੀ। ਇਹ ਦੋ ਉਹਨਾਂ ਦੇ ਜਿਹੜੇ ਸੁਪਨੇ ਅਧੂਰੇ ਰਹਿ ਗਏ ਨੇ ਜੋ ਕਿ ਉਹਨਾਂ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਪੂਰਾ ਕਰਾਂਗਾ, ਕਿਉਂਕਿ ਅੱਜ ਜਿਹੜੇ ਆ ਸਾਇੰਸ ਦੇ ਵਿਗਿਆਨਿਕ ਲੋਕ ਨੇ ਜਿਹੜੇ ਅੱਜ ਬੜੀ ਬੜੀ ਵੱਡੀਆਂ ਗੱਲਾਂ ਕਰਨੇ, ਕਈ ਜਹਾਜ਼ ਬਣਾ ਦਿੱਤਾ, ਅਸੀਂ ਰਾਕਟ ਬਣਾ ਦਿੱਤਾ, ਅਸੀਂ ਮਿਜ਼ਾਈਲਾਂ ਬਣਾ ਦਿੱਤੀਆਂ, ਇਹ ਉਹਨਾਂ ਨੇ ਉਸ ਤੋਂ ਇਹਨਾਂ ਤੋਂ ਪਹਿਲੇ ਹੀ ਬਣਾ ਦਿੱਤੀਆਂ, ਕਿਉਂਕਿ ਜਿਸ ਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਉੱਡਣ ਖਟੋਲਾ ਕਿਹਾ ਜਾਂਦਾ ਹੈ, ਜੋ ਕਿ ਤੁਸੀਂ ਰਮਾਇਣ ਦੇ ਵਿੱਚ ਵੀ ਦੇਖਿਆ ਹੈ, ਰਾਮਲੀਲਾ ਵਿੱਚ ਵੀ, ਟੀਵੀ ਚ ਸੀਰੀਅਲਾਂ ਰਾਹੀਂ ਵੀ ਦੇਖਿਆ ਹੈ। ਉੱਡਣ ਖਟੋਲਾ ਇੱਕ ਜਹਾਜ਼ ਦਾ ਨਾਂ ਸੀ ਜੋ ਕਿ ਜਹਾਜ਼ ਸਿਰਫ ਉਹਨਾਂ ਕੋਲ ਸੀ, ਅੱਜ ਵੀ ਸ਼੍ਰੀਲੰਕਾ ਜਿਹੜੇ 6 ਏਅਰਪੋਰਟ ਨੇ ਉਹ ਮਹਾਤਮਾ ਰਾਮ ਜੀ ਵੱਲੋਂ ਜਿਹੜੇ ਸਥਾਪਿਤ ਕੀਤੇ ਹੋਏ ਏਅਰਪੋਰਟ ਨੇ ਜਿਨ੍ਹਾਂ ਨੂੰ ਸ਼੍ਰੀਲੰਕਾ ਗਵਰਨਮੈਂਟ ਜਿਹੜੀ ਵਰਤਦੀ ਹੈ। ਅੱਛਾ ਸਵਾਮੀ ਜੀ, ਫਿਲਮਾਂ ਦੇ ਵਿੱਚ ਜਿਹੜਾ ਇਹ ਰਾਵਣ ਜੀ ਦੇ ਕਿਰਦਾਰ ਨੂੰ ਬੜੇ ਹੋਰ ਤਰੀਕੇ ਨਾਲ ਵਿਖਾਇਆ ਜਾਂਦਾ, ਹੁਣ ਇੱਕ ਫਿਲਮ ਆ ਕੇ ਹਟੀ ਆਦਿ ਪੁਰਸ਼, ਉਹਦੇ ਵਿੱਚ ਜਿਹੜਾ ਇਹ ਰਾਵਣ ਜੀ ਦੇ ਵਾਲ ਖੜੇ ਜਾਂ ਦਾੜੀ ਲੰਬੀ ਤੇ ਹੋਰ ਤਰੀਕੇ ਨਾਲ ਉਹਨਾਂ ਵਿਖਾਇਆ ਗਿਆ, ਅਜਿਹੀਆਂ ਜਦੋਂ ਫਿਲਮਾਂ ਬਣਦੀਆਂ ਨੇ ਉਹਦੇ ਤੇ ਤੁਹਾਡਾ ਕੀ ਟੇਕ ਰਹਿੰਦਾ ਕਿ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ? ਅਸੀਂ ਕਈ ਵਾਰੀ ਤੁਹਾਨੂੰ ਮੈਂ ਦੱਸਿਆ ਕਿ ਸਰਕਾਰਾਂ ਨੂੰ ਇਸ ਗੱਲ ਦੀ ਮੰਗ ਕੀਤੀ ਹੈ, ਫਿਲਮ ਜਿਹੜੇ ਬਣਾਉਂਦੇ ਨੇ ਉੱਥੇ ਵੀ ਮੰਗ ਕੇ ਵੀ ਰੱਖੀ ਗਈ ਹੈ ਸਾਡੇ ਵੱਲੋਂ ਕਿ ਐਸਾ ਜਿਹੜਾ ਗਲਤ ਇਤਿਹਾਸ ਜਿਹੜਾ ਨਾ ਪੇਸ਼ ਕਰੋ, ਜੋ ਅਸਲੀਅਤ ਹੈ ਉਹ ਲੋਕਾਂ ਨੂੰ ਦਿਖਾਓ। ਪਰ ਜਿਹੜਾ ਮਨੂ ਲੋਕ ਸਨ ਉਹਨਾਂ ਨੇ ਬੜੀ ਸ਼ਤਾਨੀ ਨਾਲ ਐਸਾ ਇਤਿਹਾਸ ਜਿਹੜਾ ਫੈਲਾਇਆ ਹੋਇਆ ਕਿ ਲੋਕਾਂ ਨੂੰ ਗਲਤ ਇਤਿਹਾਸ ਜਿਹੜਾ ਸਹੀ ਲੱਗਦਾ, ਜਿਹੜੀ ਸਾਡੀ ਜਾਣਕਾਰੀ ਉਹਨਾਂ ਨੂੰ ਗਲਤ ਲੱਗੀ। ਅੱਛਾ ਸਵਾਮੀ ਜੀ, ਅਸੀਂ ਤੁਹਾਡਾ ਜੀਵਨ ਵੇਖਦੇ ਹਾਂ ਕਿ ਤੁਸੀਂ ਵੀ ਵੱਡੇ ਵੱਡੇ ਕਾਫਲੇ ਲੈ ਕੇ ਜਾਂਦੇ ਹੋ, ਕਿ ਤੁਸੀਂ ਰਾਵਣ ਜੀ ਦੇ ਜੀਵਨ ਤੋਂ ਆਪਣੇ ਆਪ ਨੂੰ ਪ੍ਰਭਾਵਿਤ ਸਮਝਦੇ ਹੋ, ਜਿਸ ਤਰ੍ਹਾਂ ਉਹ ਚੱਲਦੇ ਸੀ ਤੁਸੀਂ ਵੀ ਆਪਣੇ ਆਪ ਨੂੰ ਪ੍ਰਭਾਵਿਤ ਸਮਝਦੇ ਹੋ ਰਾਵਣ ਜੀ ਤੋਂ? ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਅਸੀਂ ਉਹਨਾਂ ਦੇ ਵੰਸ਼ਜ ਹਾਂ
ਅਤੇ ਜਿਸ ਤਰ੍ਹਾਂ ਉਹ ਵੀ ਰਣ ਭੂਮੀ ਵਿੱਚ ਜੋ ਜਾਂਦੇ ਸਨ ਤੇ ਬੜਾ ਵੱਡਾ ਇੱਕ ਕਾਫਲਾ ਜਿਹੜਾ ਲੈ ਕੇ ਜਿਹੜਾ ਨਿਕਲਦੇ ਸਨ, ਉਸੇ ਤਰ੍ਹਾਂ ਅੱਜ ਅਸੀਂ ਜਿਹੜੇ ਉਹਨਾਂ ਦੇ ਅਨੁਯਾਈ ਆ, ਸਾਡਾ ਨਾਮ ਵੀ ਮੇਘਨਾਥ ਹੈ, ਅਸੀਂ ਵੀ ਆਪਣੇ ਨਾਮ ਦੀ ਗਰਿਮਾ ਨੂੰ ਸਮਝਦੇ ਹੋਏ ਜਿਹੜਾ ਹਮੇਸ਼ਾ ਹੀ ਸੋਚਦੇ ਹਾਂ ਕਿ ਅਸੀਂ ਵੀ ਜਿਹੜਾ ਉਹਨਾਂ ਵਰਗੂ ਹੀ ਜਿਹੜਾ ਚੱਲੀਏ, ਕਿਉਂਕਿ ਅਸੀਂ ਰਾਜਾ ਮਹਾਰਾਜਾ ਦੇ ਵੰਸ਼ਾਂ ਵਿੱਚੋਂ ਆ, ਕੋਈ ਭੀਖ ਮੰਗੇ ਜਾਂ ਭਿਖਾਰੀਆਂ ਦੇ ਵੰਸ਼ਾਂ ਚੋਂ ਨਹੀਂ ਜੀ। ਅੱਛਾ ਸਵਾਮੀ ਜੀ, ਮੇਰਾ ਆਖਰੀ ਸਵਾਲ ਹੈ ਕਿ ਅੱਜ ਦੁਸਹਿਰਾ ਹੈ ਤੇ ਤੁਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਜਾਂ ਜਿਹੜੀ ਵੀ ਜਨਤਾ ਤੁਹਾਨੂੰ ਸੁਣ ਰਹੀ ਹੈ, ਵੇਖ ਰਹੀ ਹੈ, ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੁਸਹਿਰੇ ਵਾਲੇ ਦਿਨ? ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜਿਸ ਵਕਤ ਅੱਜ ਜੇਕਰ ਕਿਸੇ ਆਮ ਵੀ ਕਿਸੇ ਮਿਡਲ ਫੈਮਿਲੀ ਚਾਹੇ ਕਿਸੇ ਵੀ ਆਮ ਵਿਅਕਤੀ ਦੀ ਜੀ ਭੈਣ ਨੂੰ ਜੇਕਰ ਕੋਈ ਛੇੜੇਗਾ ਤਾਂ ਉਸੇ ਵਕਤ ਉਸਦੀ ਧੌਣ ਵੱਢ ਦੇਗਾ, ਉਹਦੇ ਹੱਥ ਪੈਰ ਵੱਢ ਦੇਗਾ, ਉਹਦੇ ਗਲ ਪੈ ਜਾਵੇਗਾ। ਜੇਕਰ ਮਹਾਤਮਾ ਰਾਵਣ ਜੀ ਨੇ ਆਪਣੀ ਭੈਣ ਦਾ ਜਿਹੜਾ ਬਦਲਾ ਲਿਆ ਤਾਂ ਉਹਨਾਂ ਨੇ ਕੀ ਮਾੜਾ ਕੀਤਾ? ਅੱਜ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਛੋਟੀ ਬੱਚੀਆਂ ਨਾਲ ਜਿਹੜੇ ਬਲਤਕਾਰ ਹੋ ਰਹੇ ਨੇ, ਹੈਂ, ਛੋਟੀ ਛੋਟੀ ਬੱਚੀਆਂ ਜਿਹੜੇ ਰੇਪ ਹੋ ਰਹੇ ਨੇ, ਛੋਟੇ ਛੋਟੇ ਬੱਚਿਆਂ ਜਿਹੜੀਆਂ ਸਕੂਲਾਂ ਕਾਲਜਾਂ ਤੋਂ ਭੇਜ ਕੇ ਮਾਂ ਪਿਓ ਜਿਹੜਾ ਡਰ ਦਾ ਸਹਿਮ ਦਾ ਮਾਹੌਲ ਮਹਿਸੂਸ ਕਰ ਰਹੇ ਨੇ, ਕਿਉਂਕਿ ਪੂਰਨ ਤੌਰ ਤੇ ਪੰਜਾਬ ਜਿਹੜੀ ਕਾਨੂੰਨ ਵਿਵਸਥਾ ਵੀ ਤੁਹਾਨੂੰ ਪਤਾ ਵਿਗੜ ਚੁੱਕੀ ਆ, ਅਤੇ ਅੱਜ ਸਾਡੇ ਹੀ ਲੋਕ ਜਿਹੜੇ ਆ ਇਸ ਤਰ੍ਹਾਂ ਮਹਾਤਮਾ ਰਾਵਣ ਦਾ ਪੁਤਲਾ ਫੂਕਣ ਜਾ ਰਹੇ ਨੇ, ਜਿਸ ਤਰ੍ਹਾਂ ਕਿ ਬਹੁਤ ਤਗੜੇ ਵਿਦਵਾਨ ਹੋਣ, ਬੜੇ ਤਗੜੇ ਗਿਆਤਾ ਹੋਣ, ਇਹ ਉਸਦਾ ਪੁਤਲਾ ਫੂਕ ਰਹੇ ਨੇ ਜਿਹੜਾ ਚਾਰਾਂ ਵੈਦਾਂ ਦਾ ਗਿਆਤਾ। ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਰਾਵਣ ਦਹਨ ਜਿਹੜਾ ਪੂਰਨ ਤੌਰ ਤੇ ਜਿਹੜਾ ਭਾਰਤ ਦੇ ਅੰਦਰ ਜਿਹੜਾ ਬੰਦ ਹੋ ਜਾਣਾ ਚਾਹੀਦਾ। ਸੋ ਇਹ ਸੀ ਸਾਡੇ ਨਾਲ ਵਾਲਮੀਕੀ ਆਦਿ ਧਰਮ ਸਮਾਜ ਤੋਂ ਸਵਾਮੀ ਮੇਘਨਾਥ ਜੀ, ਜਿਨ੍ਹਾਂ ਨੇ ਰਾਵਣ ਦੇ ਕਿਰਦਾਰ ਤੇ ਆਪਣੇ ਜਿਹੜੇ ਨੇ ਵਿਚਾਰ ਸਾਂਝੇ ਕੀਤੇ ਨੇ। ਤੁਹਾਨੂੰ ਇਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਰਾਏ ਰੱਖਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਇਸ ਬਾਰੇ। ਤੇ ਤੁਸੀਂ ਵੇਖਦੇ ਰਹੋ LF News 24, ਕੈਮਰਾਮੈਨ ਰਾਜ ਕੁਮਾਰ ਦੇ ਨਾਲ ਸੁਰਜੀਤ ਸਿੰਘ।